ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਪੱਡੇ ਵਿਖੇ ਦੋ ਪਰਿਵਾਰਾਂ ਦੇ ਆਪਸੀ ਟਕਰਾਵ ਕਾਰਨ ਹੋਏ ਝਗੜੇ ਦੌਰਾਨ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਦੁਆਰਾ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੀ ਪਿੰਡ ਪੱਡਾ 'ਚ ਗੋਲੀ ਚੱਲੀ ਹੈ ਇਹਦੇ ਬਾਰੇ ਦੱਸੋ ਜੀ। ਹਾਂਜੀ, ਇੱਦਾਂ ਹੀ ਹੋਈ ਹੈ। ਅਸੀਂ ਤਾਂ ਦੇਖਿਆ ਹੋਈ ਹੈ ਜੀ, ਜਦੋਂ ਅਸੀਂ ਆਏ ਹਾਂ ਤੇ ਬੰਦਾ ਡਿੱਗ ਪਿਆ ਸੀ, ਗੋਲੀਆਂ ਵੱਜ ਕੇ ਦੋ ਤਿੰਨ ਉਹਨੂੰ ਹੋਇਆ ਸੀ, ਚੁੱਕ ਕੇ ਲਿਆਂਦਾ ਉਹਦਾ ਤੇ ਮੁੜ ਕੇ ਗੱਡੀ ਲਿਆ ਕੇ ਗੱਡੀ 'ਚ ਪਾ ਕੇ ਲੈ ਕੇ ਵਜਨ ਦੀ ਹਾਲਤ ਜੋ ਰਹੀ ਹੁੰਦੀ। ਬਾਕੀ ਜਦੋਂ ਪਹਿਲਾਂ ਜੋ ਵੀ ਹੋਇਆ ਉਹਦੇ ਬਾਰੇ ਨਹੀਂ ਸਾਨੂੰ ਪਤਾ ਕੀ ਕੀ ਹੋਇਆ ਸੀ। ਅਸੀਂ ਜਦੋਂ ਆਏ ਮੌਕਾ ਤੇ ਉਦੋਂ ਅਸੀਂ ਬੰਦਾ ਦੇਖਿਆ। ਧੰਨਵਾਦ।